ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਜਿਨ੍ਹਾਂ ਨੂੰ ਨਵਾਬ ਕਪੂਰ ਸਿੰਘ ਸਾਹਿਬ ਜੀ ਦੀ ਸੰਗਤ ਮਿਲੀ ਅਤੇ ਹੋਰ ਅਨੇਕਾਂ ਗੁਰੂ ਕੇ ਲਾਲਾਂ ਨਾਲ ਮਿਲ ਕੇ ਸਿੱਖ ਕੌਮ ਦੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। ਇੱਕ ਪਾਸੇ ਕਮਾਲ ਹੈ ਜਿਸ ਮਨੁੱਖਤਾ ਨੂੰ ਇੱਕ ਸੁਚੱਜੀ ਜ਼ਿੰਦਗੀ ਦੇਣ ਲਈ ਖਾਲਸਾ ਪੰਥ ਸਾਜਿਆ ਗਿਆ ਸੀ ਅਤੇ ਖਾਲਸਾ ਪੰਥ ਲਈ ਦੁਨੀਆ ਦਾ ਹਰ ਮਨੁੱਖ ਅਕਾਲ ਪੁਰਖ ਦਾ ਜਾਇਆ ਬੱਚਾ ਹੈ, ਸਾਡੇ ਆਪਣੇ ਪਰਿਵਾਰ ਦਾ ਇੱਕ ਮੈਂਬਰ ਹੈ। ਪਰ ਪਤਾ ਨਹੀਂ ਕਾਦਰ ਦੀ ਕੁਦਰਤ ਹੈ, ਹਕੂਮਤਾਂ ਨੇ ਇਸ ਕੌਮ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ। 1710 ਤੋਂ ਲੈ ਕੇ 1753 ਸਨ ਤੱਕ 7 ਵਾਰ ਹਕੂਮਤਾਂ ਨੇ ਇਹ ਹਿੰਦੁਸਤਾਨ ਅੰਦਰ ਹੁਕਮ ਜਾਰੀ ਕੀਤਾ ਸੀ ਕਿ ਸਮੁੱਚੀ ਕੌਮ ਨੂੰ ਹੀ ਖਤਮ ਕਰਨਾ ਹੈ, ਵੀ ਸਾਰੇ ਸਿੱਖਾਂ ਦਾ ਕਤਲ ਕੀਤਾ ਜਾਵੇ। ਸਿੱਖ ਹੋਣਾ ਹੀ ਸਰਕਾਰ ਦੀ ਨਿਗਾਹ ਦੇ ਅੰਦਰ ਬਹੁਤ ਵੱਡਾ ਗੁਨਾਹ ਸੀ, ਜੁਰਮ ਸੀ। ਸਭ ਤੋਂ ਪਹਿਲਾਂ ਬਹਾਦਰ ਸ਼ਾਹ ਨੇ ਇਹ ਹੁਕਮ ਜਾਰੀ ਕੀਤਾ 1710 ਤੋਂ ਲੈ ਕੇ 12 ਤੱਕ ਸਿੱਖ ਕੌਮ ਨੂੰ ਆਪਣੀ ਖੂੰਦ ਬਚਾਉਣ ਲਈ ਲੋਕਾਂ ਦੀ ਨਿਗਾਹ ਤੋਂ ਓਹਲੇ ਹੋ ਕੇ ਰਹਿਣਾ ਪਿਆ ਜੰਗਲਾਂ ਬੇਲਿਆਂ ਵਿੱਚ। ਬਾਕੀ ਅਨੇਕਾਂ ਹੀ ਸਿੱਖ ਮਾਰੇ ਗਏ। ਉਸ ਤੋਂ ਬਾਅਦ ਫਰਖਸ਼ੀਰ ਬਾਦਸ਼ਾਹ ਬਣਦਾ, ਉਹਦਾ ਨਵਾਬ ਸੀ ਅਬਦੁਲ ਸਮਦ ਖਾਨ। ਉਹਨੇ 1717 ਤੋਂ 19 ਤੱਕ ਉਹਨੇ ਫਿਰ ਸਮੁੱਚੀ ਕੌਮ ਦਾ ਕਤਲੇਆਮ ਕਰਨ ਦਾ ਹੁਕਮ ਜਾਰੀ ਕੀਤਾ। ਉਸ ਤੋਂ ਬਾਅਦ 2 ਵਾਰ ਜ਼ਕਰੀਆ ਖਾਨ ਨੇ ਇਹ ਐਲਾਨ ਕੀਤਾ ਸੀ 1726 ਤੋਂ 1735 ਤੱਕ। ਇਹ 9 ਸਾਲ ਕੌਮ ਦੇ ਉੱਪਰ ਇਹ ਹੁਕਮ ਜਾਰੀ ਰਿਹਾ। ਉਹ ਧਨ ਖੋਣਗੇ ਗੁਰਸਿੱਖ ਜਿਹੜੇ ਬਚਾਉਣ ਲਈ ਕਿਵੇਂ ਜਿਉਂਦੇ ਖੋਣਗੇ ਲੁਕ ਛਿਪ ਕੇ। ਦੁਬਾਰਾ ਫਿਰ 1739 ਤੋਂ 45 ਤੱਕ ਫਿਰ ਜ਼ਕਰੀਆ ਖਾਨ ਨੇ ਹੁਕਮ ਕੀਤਾ ਸੀ ਸਮੁੱਚੀ ਕੌਮ ਨੂੰ ਖਤਮ ਕੀਤਾ ਜਾਵੇ, ਜਿੱਥੇ ਕੋਈ ਸਿੱਖ ਮਿਲਦਾ ਉਹਨੂੰ ਮਾਰ ਦਿੱਤਾ ਜਾਂਦਾ, ਕਸੂਰ ਕੇਵਲ ਉਹ ਕਿਉਂਕਿ ਸਿੱਖ ਹੈ। ਉਸ ਤੋਂ ਬਾਅਦ ਯਹੀਆ ਖਾਨ 1745 ਤੋਂ 46 ਤੱਕ ਇਹ ਹੁਕਮ ਜਾਰੀ ਕਰਦਾ ਸਮੁੱਚੀ ਕੌਮ ਨੂੰ ਖਤਮ ਕਰਨ ਦਾ। ਫਿਰ ਮੀਰ ਮੰਨੂ ਆਇਆ, ਉਹਨੇ 1748 ਵਿੱਚ ਫਿਰ ਕੌਮ ਨੂੰ ਖਤਮ ਕਰਨ ਲਈ ਜਿੱਥੇ ਕੋਈ ਸਿੱਖ ਲੱਭਦਾ ਉਹਨੂੰ ਮਾਰ ਦਿੱਤਾ ਜਾਂਦਾ। ਫਿਰ ਦੁਬਾਰਾ ਅਮੀਰ ਮੰਨੂ ਵੱਲੋਂ 1752 ਤੋਂ 1753 ਤੱਕ ਨਵੰਬਰ ਜਦੋਂ ਤੱਕ ਉਹਦੀ ਮੌਤ ਨਹੀਂ ਹੋਈ ਇਹ ਹੁਕਮ ਕੀਤਾ। ਵੇਖਣ ਵਾਲੀ ਗੱਲ ਏ, ਇਹਨਾਂ 'ਚੋਂ 5 ਵਾਰ ਉਹ ਸਮਾਂ ਸੀ ਜਦੋਂ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਨਵਾਬ ਕਪੂਰ ਸਿੰਘ ਵਰਗੇ ਇਹਨਾਂ ਆਗੂਆਂ ਦੀ ਕਿਤਨੀ ਸਿਆਣਪ ਹੋਏਗੀ। ਇੱਕ ਪਾਸੇ ਇਹਨਾਂ ਜ਼ਾਲਮ ਲੋਕਾਂ ਨੇ ਪੂਰੀ ਕੌਮ ਨੂੰ ਖਤਮ ਕਰਨ ਲਈ ਪਿੰਡ, ਸ਼ਹਿਰ, ਇਲਾਕੇ ਖਤਮ ਕੀਤੇ, ਇਹ ਕਿਵੇਂ ਉਸ ਕੌਮ ਦੀ ਅਗਵਾਈ ਕਰਦੇ ਸਨ ਪਹਾੜਾਂ ਵਿੱਚ ਲੁਕੋ ਲੈਣਾ। ਫਿਰ ਦੂਸਰੇ ਪਾਸੇ ਜਿਹੜੇ ਜ਼ੁਲਮ ਕਰਨ ਵਾਲੇ ਜ਼ਾਲਮ ਲੋਕ ਨੇ ਉਹਨਾਂ ਦਾ ਟਾਕਰਾ ਕਰਨ ਲਈ ਉਹਨਾਂ ਨੂੰ ਰਾਤਾਂ ਨੂੰ ਜਾ ਕੇ ਉਹਨਾਂ ਦੇ ਉੱਪਰ ਹਮਲੇ ਕਰਨੇ, ਸਿੰਘ ਸਿੰਘਣੀਆਂ ਨੂੰ ਉਹਨਾਂ ਕੋਲੋਂ ਛੁਡਾਉਣਾ, ਕਿਧਰੇ ਕਈ ਵਾਰ ਉਹਨਾਂ ਕੋਲੋਂ ਖਜ਼ਾਨਾ ਲੁੱਟ ਕੇ ਫਿਰ ਹਰਨ ਪਰਨ ਹੋ ਜਾਣਾ। ਇੱਥੋਂ ਤੱਕ ਸੀ ਬਈ ਹਰ ਇੱਕ ਸਿੱਖ ਦੀ ਜਿਹੜੀ ਪੂੰਜੀ ਕੀ ਸੀ, ਘੋੜਾ ਕੋਣਾ ਕੋਲ ਇੱਕ ਕੰਬਲ ਰੱਖਿਆ ਕਰਦੇ, ਰਾਤ ਨੂੰ ਸੌਣ ਲੱਗਿਆਂ ਉੱਪਰ ਲੈਣਾ ਅਤੇ ਸਵਾਰੀ ਕਰਨ ਲੱਗਿਆਂ ਘੋੜੇ ਦੇ ਉੱਪਰ ਕਰਕੇ ਆਪਣੀ ਕਾਠੀ ਦੇ ਉੱਪਰ ਵਿਛਾ ਕੇ ਰੱਖ ਲੈਣਾ। ਅੰਤਾਂ ਦੇ ਦੁੱਖ ਸਹਿ ਸਹਿ ਕੇ ਜੇ ਕੌਮ ਨੂੰ ਸੁਰਜੀਤ ਰੱਖਿਆ, ਜੇ ਕੌਮ ਦੀ ਖੂਨ ਬਚਾਈ, ਅਤੇ ਇਹਨਾਂ ਆਗੂਆਂ ਦੀ ਮਿਹਰਬਾਨੀ ਕਰਕੇ ਹੀ ਸੀ।